ਸੰਗਰੂਰ ਪੁਲਿਸ ਨੇ ਸੰਗਰੂਰ ਦੇ ਇੰਡਸਟਰੀਅਲ ਲੋਕਾਂ ਦੀ ਮਦਦ ਦੇ ਨਾਲ ਸੰਗਰੂਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਨੇ, ਜਿਸ ਦੇ ਨਾਲ ਕਿ ਸ਼ਹਿਰ ਦੀ ਹਰ ਇੱਕ ਗਤੀਵਿਧੀ ਦੀ ਜਾਣਕਾਰੀ ਪੁਲਿਸ ਨੂੰ ਮਿਲਦੀ ਰਹੇ। ਦੂਜੇ ਪਾਸੇ ਖਾਸ ਗੱਲ ਇਹ ਹੈ ਕਿ ਇਹ ਸਾਰੇ ਸੀਸੀਟੀਵੀ ਕੈਮਰੇ ਵਾਇਰਲੈਸ ਨੇ, ਤਾਂ ਕਿ ਮੇਨਟੇਨੈਂਸ ਦਾ ਵੀ ਖਰਚਾ ਘੱਟ ਪਵੇ। ਸਰਵੀਲੈਂਸ ਸਿਸਟਮ ਫੋਰ ਸੇਫ ਸੁਸਾਇਟੀ ਪ੍ਰੋਜੈਕਟ S4 ਦੇ ਨਾਂ 'ਤੇ ਅਸੀਂ ਇੱਕ ਪਬਲਿਕ ਪਾਰਟਨਰਸ਼ਿਪ ਦੇ ਵਿੱਚ, ਪਬਲਿਕ ਸਾਂਝ ਦੇ ਨਾਲ ਅਸੀਂ ਸੰਗਰੂਰ ਸ਼ਹਿਰ ਵਿਖੇ CCTV ਕੈਮਰੇ ਲਾਏ ਹੈ। ਇਹ ਕੈਮਰੇ ਜਿਹੜੇ ਵੱਖ ਵੱਖ ਅਸੀਂ 13 ਲੋਕੇਸ਼ਨ ਜਿਹੜੀਆਂ ਮੇਨ, ਜਿਹਦੇ 'ਚ ਇਨਕਮਿੰਗ ਅਤੇ ਆਊਟਗੋਇੰਗ ਰੋਡਸ ਆ, ਉਹਨਾਂ ਨੂੰ ਅਸੀਂ ਕਵਰ ਕੀਤਾ। ਇਹਦੇ 'ਚ ਮੇਨ ਮਕਸਦ ਸਾਡਾ ਜਿਹੜਾ ਇਸ CCTV ਕੈਮਰੇ ਲਾਉਣ ਦਾ ਸੀ, ਵੀ ਇਹਦੀ ਰੀਅਲ ਟਾਈਮ 24x7 ਅਸੀਂ ਇਹਦੀ ਰਿਕਾਰਡਿੰਗ ਕਰ ਲਈਏ। ਇਹਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਆ ਵੀ ਇਹਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ। ਇਹ ਪ੍ਰੋਜੈਕਟ ਪਬਲਿਕ ਨਾਲ ਸਾਂਝ ਦੇ ਤੌਰ 'ਤੇ, ਇਹ ਸਾਨੂੰ ਇੰਡਸਟਰੀਅਲ ਚੈਂਬਰ ਸੰਗਰੂਰ ਵੱਲੋਂ ਇਹ ਸਾਡੇ ਸਾਰੇ ਕੈਮਰੇ ਲਵਾਏ ਗਏ ਹੈ। ਲਵਾ ਕੇ ਉਹਨਾਂ ਦੀ ਰਿਪੇਅਰ, ਉਹਨਾਂ ਦੀ ਮੇਨਟੇਨੈਂਸ, ਉਹ ਸਾਰਾ ਕਰਨ ਦਾ ਵੀ ਕੀਤਾ। ਅਤੇ ਇੱਕ 3 ਮੰਥਲੀ, ਹਰ ਕੁਆਟਰਲੀ ਜਿਹਨੂੰ ਕਹਿ ਦਿਓ, 3 ਮਹੀਨਿਆਂ ਬਾਅਦ ਇਹਦੀ AMC ਇਹਨਾਂ ਨੇ ਸਾਈਨ ਕੀਤਾ, ਜਿਹੜੀ ਇਹਦੀ ਰੈਗੂਲਰ ਮੇਨਟੇਨੈਂਸ ਕਰਨਗੇ। ਇਹਦਾ ਮੇਨ ਮਕਸਦ ਇਹ ਹੈ ਵੀ ਜਿੰਨੇ ਸਿਟੀ ਸੰਗਰੂਰ ਦੇ ਵਿੱਚ ਅਸੀਂ ਜੋ ਵੀ ਹਰ ਐਕਟੀਵਿਟੀ, ਧਰਨਾ, ਮੁਜ਼ਾਹਰਾ, ਪ੍ਰੋਟੈਸਟ ਜਾਂ ਕੋਈ ਕ੍ਰਾਈਮ ਕਰਨ ਵਾਲਾ ਬੰਦਾ, ਜਿਹੜਾ ਇੱਕ ਤਾਂ ਕ੍ਰਾਈਮ ਨੂੰ ਪ੍ਰਿਵੈਂਟ ਕਰ ਸਕੀਏ, ਅਤੇ ਦੂਜਾ ਅਗਰ ਕ੍ਰਾਈਮ ਹੋ ਗਿਆ ਤਾਂ CCTV ਕੈਮਰੇ ਨਾਲ ਡਿਟੈਕਟ ਕਰ ਸਕੀਏ। ਉਹ ਉਸ ਮਕਸਦ ਨਾਲ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੰਗਰੂਰ। ਇਹਦੇ ਜੀ ਇਹਨੂੰ ਇਹ ਕਹਿ ਸਕਦੇ ਹਾਂ, ਇਹ ਨੋਵਲ ਪ੍ਰੋਜੈਕਟ ਹੈ, ਇਨੋਵੇਟਿਵ ਪ੍ਰੋਜੈਕਟ ਹੈ, ਐਂਡ ਇਹ ਅੱਜ ਦੀ ਡੇਟ 'ਚ ਵੀ ਇੱਕੋ ਇੱਕ ਪੰਜਾਬ ਦਾ ਪ੍ਰੋਜੈਕਟ ਹੈ ਜਿਹੜਾ ਥਰੂ ਵਾਇਰਲੈਸ ਟੈਕਨੋਲੋਜੀ ਰਾਹੀਂ ਜਿਹੜੇ ਸਿਗਨਲ ਆ ਸਾਡੇ, ਜਿਵੇਂ ਤੁਸੀਂ ਦੇਖਿਆ ਵੀ ਉਹ ਵਾਇਰਲੈਸ ਟੈਕਨੋਲੋਜੀ ਨਾਲ ਆ ਰਹੇ ਹੈ। ਅਤੇ ਬੈਸਟ ਪਾਰਟ ਇਹ ਹੈ ਵੀ ਇਹ ਪਬਲਿਕ ਇਹਦੇ ਵਿੱਚ ਜੇ ਸਾਡੇ 'ਤੇ ਵਿਸ਼ਵਾਸ ਕੀਤਾ, ਸਾਨੂੰ ਇਸ ਗੱਲ ਦੀ ਸਪੋਰਟ ਕੀਤੀ, ਪਬਲਿਕ ਇਸ ਗੱਲ ਲਈ ਜਾਗਰੂਕ ਹੋਈ ਸੰਗਰੂਰ ਦੀ, ਅਤੇ ਇਹਨੂੰ ਇਹ ਵੀ ਕਹਿ ਸਕਦੇ ਹਾਂ ਸੰਗਰੂਰ ਦੇ ਲੋਕ ਸਾਰੇ ਪੰਜਾਬ ਲਈ ਮਾਰਗਦਰਸ਼ਨ ਕਰਨਗੇ ਕਿ ਇਹ ਅਸੀਂ ਇਕੱਲਾ ਸਰਕਾਰੀ ਅਮਦਾਦ ਦੇ ਲਈ ਨਾ ਬੈਠੇ ਰਹੀਏ, ਆਪਦੀ ਸੁਰੱਖਿਆ ਸਾਡੇ ਲਈ ਆਪਦੇ ਲਈ ਅਹਿਮ ਹੈ। ਇਸ ਕਰਕੇ ਜੇ ਅਸੀਂ ਆਪਦੀ ਸੁਰੱਖਿਆ ਲਈ ਚਿੰਤਨ ਹੈ, ਆਪਾਂ ਇਸ ਗੱਲ ਲਈ ਅਸੀਂ ਸੋਚਦੇ ਹਾਂ ਕਿ ਅਸੀਂ ਸਾਡਾ ਇਨਵਾਇਰਮੈਂਟ ਸਿਕਿਓਰ ਹੋਵੇ, ਅਤੇ ਸਰਕਾਰ ਦੇ ਨਾਲ ਨਾਲ ਆਪਦੇ ਆਪ ਵੀ ਐਫਰਟ ਕਰਨਾ ਚਾਹੀਦਾ। ਇਹਦੇ ਵਿੱਚ ਸਾਨੂੰ ਜਿਹੜੀ ਮੇਨ ਵੱਡੀ ਇਹਦੇ 'ਚ ਉਹਦੇ ਸਾਡੇ ਥੈਫਟ ਕੇਸ ਵੀ ਇਹਦੇ ਨਾਲ ਸੋਲਵ ਹੋਏ ਹੈ।